ਨਮਸਕਾਰ ਦੋਸਤੋ, ਮੈਂ ਤੁਹਾਡਾ ਦੋਸਤ ਮਨੂ ਮੋੜ। ਦੋਸਤੋ, ਕੁਝ ਮਹੀਨੇ ਪਹਿਲਾਂ ਜਿਹੜੀ ਪਟਵਾਰੀ ਦੀ ਅਤੇ ਜ਼ਿਲ੍ਹੇਦਾਰ ਅਤੇ ਨਾਇਬ ਤਹਿਸੀਲਦਾਰ ਦੀ ਜੋਬ ਰਿਕਰੂਟਮੈਂਟ ਦੀ ਅਨਾਊਂਸਮੈਂਟ ਹੋਈ ਸੀ, ਅਤੇ ਹੁਣ ਉਸਦਾ ਜਿਹੜਾ ਇਗਜ਼ਾਮ ਦੀ ਡੇਟਾ ਉਹ ਅਨਾਊਂਸਮੈਂਟ ਕਰ ਦਿੱਤੀ ਹੈ। ਦੋਸਤੋ, ਇਹ ਤੁਹਾਡੇ ਸਾਹਮਣੇ ਆਫੀਸ਼ੀਅਲ ਨਿਊਜ਼ ਹੈ। ਇੱਥੇ ਆਪਾਂ ਰੀਡ ਕਰ ਸਕਦੇ ਹਾਂ ਕਿ ਚੰਡੀਗੜ੍ਹ ਮਾਲ ਪਟਵਾਰੀ, ਨਹਿਰੀ ਪਟਵਾਰੀ ਅਤੇ ਜ਼ਿਲ੍ਹੇਦਾਰ ਦੀਆਂ 1152 ਪੋਸਟਾਂ ਦੀ ਅਨਾਊਂਸਮੈਂਟ ਹੋਈ ਸੀ, ਅਤੇ ਇਹਨਾਂ ਸਮਿਆਂ ਲਈ ਜਿਹੜੀ ਕਿ 2 ਮਈ 2021 ਦਿਨ ਐਤਵਾਰ ਨੂੰ ਲਿਖਤੀ ਪੇਪਰ ਲਿਆ ਜਾਵੇਗਾ। ਐਂਡ ਵਿੱਚ ਆਪਾਂ ਚੈੱਕ ਕਰ ਸਕਦੇ ਹਾਂ, ਇਹ 1152 ਪੋਸਟਾਂ 2,34,000 ਉਮੀਦਵਾਰਾਂ ਨੇ ਅਪਲਾਈ ਕੀਤੀ ਹੈ। ਕਾਫੀ ਬੱਚਿਆਂ ਦਾ ਇੱਕ ਸਵਾਲ ਆਉਂਦਾ ਸੀ, ਸਰ ਦੋ ਪੇਪਰ ਹੋਣਗੇ ਜਾਂ ਇੱਕ ਪੇਪਰ ਹੋਵੇਗਾ, ਅਤੇ ਇੱਥੇ ਇਹਨਾਂ ਨੇ ਮੈਂਸ਼ਨ ਕਰ ਦਿੱਤਾ। ਇੱਥੇ ਆਪਾਂ ਚੈੱਕ ਕਰ ਸਕਦੇ ਹਾਂ, ਦੋ ਪੜਾਵਾਂ ਵਿੱਚ ਮੁਕੰਮਲ ਹੋਵੇਗਾ, ਜਿਸਦਾ ਮਤਲਬ ਹੈ ਸਭ ਤੋਂ ਪਹਿਲਾਂ ਪ੍ਰੀਲਿਮਨਰੀ ਇਗਜ਼ਾਮ ਹੋਵੇਗਾ, ਉਸ ਤੋਂ ਬਾਅਦ ਮੇਨਸ ਇਗਜ਼ਾਮ ਹੋਵੇਗਾ, ਦੋ ਇਗਜ਼ਾਮ ਹੋਣਗੇ। ਦੋਸਤੋ, ਹੁਣ ਗੱਲ ਇੱਥੇ ਆਉਂਦੀ ਹੈ, ਦੋਸਤੋ ਜੇ ਤੁਸੀਂ ਇਹ ਪੋਸਟ ਫਿਲ ਕੀਤੀ ਹੋਈ ਹੈ ਅਤੇ ਫਿਰ ਵੀ ਇਗਜ਼ਾਮ ਦੀ ਤਿਆਰੀ ਨਹੀਂ ਕਰ ਰਹੇ ਹੋ, ਤਾਂ 1 ਮਹੀਨਾ ਤੁਹਾਡੇ ਕੋਲ ਹੈ। ਜੇ ਹੁਣ ਵੀ ਤੁਸੀਂ 5 ਜਾਂ 6 ਘੰਟੇ ਡੇਲੀ ਦਾ ਕੱਢ ਲਓਗੇ ਤਾਂ ਇਹ ਇਗਜ਼ਾਮ ਫਿਰ ਵੀ ਤੁਸੀਂ ਈਜ਼ੀਲੀ ਕਰੈਕ ਕਰ ਲਓਗੇ। ਜੇ ਹਾਲੇ ਵੀ ਤੁਹਾਨੂੰ ਪਟਵਾਰੀ ਦੀਆਂ ਪੋਸਟਾਂ ਰਿਲੇਟਡ ਸਿਲੇਬਸ ਐਂਡ ਬੁੱਕਸ ਬਾਰੇ ਨਹੀਂ ਪਤਾ, ਤਾਂ ਜਿਹੜੀ ਜਿਹੜੀ ਬੈਸਟ ਬੁੱਕਸ ਨੇ ਪਟਵਾਰੀ ਦੇ ਇਗਜ਼ਾਮ ਦੇ ਰਿਲੇਟਡ, ਉਹਨਾਂ ਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਪ੍ਰੋਵਾਈਡ ਕਰਵਾ ਦੇਵਾਂਗਾ। ਉੱਥੇ ਜਾ ਕੇ ਤੁਸੀਂ ਔਨਲਾਈਨ ਉਸਨੂੰ ਪਰਚੇਜ਼ ਕਰ ਸਕਦੇ ਹੋ। ਐਂਡ ਜੇ ਬੁੱਕ ਔਨਲਾਈਨ ਖਰੀਦਣ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਆਪਣਾ ਵਟਸਐਪ ਨੰਬਰ ਕਮੈਂਟ ਵਿੱਚ ਲਿਖ ਦਿਓ, ਮੈਂ ਤੁਹਾਨੂੰ ਉਸਦਾ ਲਿੰਕ ਸ਼ੇਅਰ ਕਰ ਦੇਵਾਂ ਵਟਸਐਪ ਉੱਪਰ। ਕਿਉਂਕਿ ਦੋਸਤੋ, ਇਸ ਤੋਂ ਇਲਾਵਾ ਨੈਬ ਤਹਿਸੀਲਦਾਰ ਦੇ ਇਗਜ਼ਾਮ ਦੀ ਗੱਲ ਕਰੀਏ ਤਾਂ 30/5/2021 ਨੂੰ ਇਸਦਾ ਇਗਜ਼ਾਮ ਦੀ ਡੇਟ ਫਿਕਸ ਕਰ ਦਿੱਤੀ ਗਈ ਹੈ, ਅਤੇ 12 ਤੋਂ ਲੈ ਕੇ 2 ਵਜੇ ਤੱਕ ਤੁਹਾਡਾ ਇਗਜ਼ਾਮ ਹੋਵੇਗਾ। ਨੈਬ ਤਹਿਸੀਲਦਾਰ ਦੇ ਇਗਜ਼ਾਮ ਲਈ ਬੈਸਟ ਬੁੱਕ ਹੈ ਜਿਹੜੀ, ਉਹ ਵੀ ਮੈਂ ਵੀਡੀਓ ਦਾ ਡਿਸਕ੍ਰਿਪਸ਼ਨ ਵਿੱਚ ਲਿੰਕ ਉੱਥੇ ਦੇ ਦਿੱਤਾ, ਉੱਥੇ ਜਾ ਕੇ ਤੁਸੀਂ ਬਾਏ ਕਰ ਸਕਦੇ ਹੋ। ਐਂਡ ਦੋਸਤੋ, ਜੇ ਕੋਈ ਸਵਾਲ ਹੈ ਇਸ ਰਿਲੇਟਡ ਤਾਂ ਵੀਡੀਓ ਵਿੱਚ ਕਮੈਂਟ ਕਰ ਦਿਓ। ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ।